ਬੀਤੇ ਦਿਨ ਛੱਤੀਸਗੜ੍ਹ ਦੇ ਸੁਖਮਾ ਵਿੱਚ ਹੋਏ ਨਕਸਲੀ ਹਮਲੇ ਵਿੱਚ ਮਾਰੇ ਗਏ CRPF ਦੇ ਜਵਾਨਾਂ ਵਿੱਚ ਇੱਕ ਗੁਰਦਾਸਪੁਰ ਜ਼ਿਲ੍ਹੇ ਦਾ ਇੰਸਪੈਕਟਰ ਜਗਜੀਤ ਸਿੰਘ ਵੀ ਸ਼ਾਮਲ ਸੀ। ਵੀਰਵਾਰ ਨੂੰ ਸ਼ਹੀਦ ਜਗਜੀਤ ਸਿੰਘ ਦੇ ਘਰ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਹੁੰਚੇ। ਇਸ ਦੌਰਾਨ ਜਿੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ, ਉੱਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ। ਮੈਂ ਆਇਆ ਸ਼ਹੀਦ ਦੇ ਘਰ ਆਇਆ, ਜਗਜੀਤ ਸਿੰਘ ਐਜ਼ ਇੰਸਪੈਕਟਰ ਉੱਤੇ CRP ਦੇ ਸ਼ਹੀਦ ਹੋਏ ਨੇ ਅਤੇ ਮੈਂ ਇਸ ਪਰਿਵਾਰ ਦੀ ਸਾਰੀ ਕਹਾਣੀ ਆਪਣੇ CM ਸਾਹਿਬ ਨੂੰ ਡਿਸਕਸ ਕਰਾਂਗਾ। ਜੇ ਦੂਜੀਆਂ ਸਟੇਟਾਂ 'ਚ ਨੌਕਰੀ ਜਾਂ ਵੱਧ ਪੈਸੇ ਦੇਣ ਦੀ ਗੱਲ ਹੈਗੀ ਆ ਤਾਂ ਇੱਥੇ ਵੀ ਕਰਾਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਬੇਟੀ ਨੂੰ ਉਹਦੀ ਵਾਈਫ ਨੂੰ ਨੌਕਰੀ ਮਿਲੇ ਉਹਦੀ ਕੁਆਲੀਫਿਕੇਸ਼ਨ ਮੁਤਾਬਕ, ਅਤੇ ਜਿਸ ਤਰ੍ਹਾਂ ਪੈਸੇ ਦੂਜੀਆਂ ਸਟੇਟਾਂ 'ਚ ਵੱਧ ਮਿਲੇ ਨੇ ਉਸ ਤਰ੍ਹਾਂ ਇੱਥੇ ਵੀ ਇਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਾਂਗਾ, ਪਰ ਗੱਲ CM ਸਾਹਿਬ ਨੂੰ ਕਰਕੇ ਕਰਾਂਗਾ। ਉਹ ਕਹਿੰਦੇ ਵੀ ਜੋ ਸਰਕਾਰ ਵੱਲੋਂ CM ਸਾਹਿਬ ਨਾਲ ਗੱਲ ਕਰਕੇ ਨੌਕਰੀ ਵਾਸਤੇ ਵੀ ਅਤੇ ਜੋ ਸ਼ਹੀਦੀ ਪਰਿਵਾਰ ਦੀ ਮਾਲੀ ਮਦਦ ਵਾਸਤੇ ਵੀ ਕਰਾਂਗੇ। ਪੰਜਾਬ ਸਰਕਾਰ ਕੋਈ ਲੀਡਰ ਨਹੀਂ ਹੈ, ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ।